ਇੰਡਸਟਰੀ ਨੇ ਸਭ ਤੋਂ ਤੇਜ਼ ਖਬਰਾਂ ਦੇਖਣ ਵਾਸਤੇ ਸਾਡਾ ਦੇਸੀ ਤੜਕਾ ਦੇਸੀ ਤੜਕਾ ਚੈਨਲ ਸਬਸਕ੍ਰਾਈਬ ਕਰੋ ਤੇ ਬੈਲ ਦੇ ਆਈਕਨ ਤੇ ਕਲਿੱਕ ਕਰਨਾ ਨਾ ਭੁੱਲਣਾ। ਸਾਡੇ ਨਾਲ ਸਨੈਪਚੈਟ ਤੇ ਕੰਟੈਕਟ ਕਰਨ ਵਾਸਤੇ ਫੋਲੋ ਕਰ ਸਕਦੇ ਹੋ ਦੇਸੀ ਤੜਕਾ ਲਾਈਵ ਦੇਸੀ ਤੜਕਾ ਲਾਈਵ। ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ, ਸਭ ਤੋਂ ਪਹਿਲਾਂ ਥੋੜਾ ਦੇਸੀ ਤੜਕਾ ਵਿਰਸਾ ਟੀਵੀ ਤੇ ਵਾਚ ਪੰਜਾਬੀ ਦੇ ਵਿੱਚ ਬਹੁਤ ਬਹੁਤ ਸਵਾਗਤ ਹੈ ਤੇ ਅੱਜ ਆਪਾਂ ਗੱਲ ਕਰਾਂਗੇ ਅਨਮੋਲ ਗਗਨ ਬਾਰੇ, ਜਿਨ੍ਹਾਂ ਨੇ ਪੰਜਾਬੀ ਇੰਡਸਟਰੀ ਦੇ ਵਿੱਚ ਆਪਣੀ ਅਲੱਗ ਜਿਹੀ ਪਹਿਚਾਣ ਬਣਾਈ ਹੈ। ਤੇ ਕਹਿੰਦੇ ਨੇ ਕਿ ਜੱਟੀ ਅੜਬ ਸੁਭਾਅ ਦੀ ਬੱਲਿਆ ਗੱਲ ਚੱਕਵੀਂ ਜਮਾਨੀ ਜਰਦੀ। ਤੇ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਉਹਨਾਂ ਦੇ ਚੱਕਵੇਂ ਸੁਭਾਅ ਦੇ ਬਾਰੇ ਤੇ ਉਹਨਾਂ ਦੀ ਰੀਸੈਂਟ ਇੰਟਰਵਿਊ ਦੌਰਾਨ ਉਹਨਾਂ ਨੇ ਫੇਕ ਵਿਊਜ਼ ਕਰਵਾਉਣ ਵਾਲੇ ਨਾਮੀ ਸਿੰਗਰ ਅਤੇ ਨਾਮੀ ਕੰਪਨੀਆਂ ਦੇ ਪਰਦੇ ਖੋਲ੍ਹੇ। ਤੇ ਜਿੱਦਾਂ ਕਿ ਆਪਾਂ ਨੂੰ ਸਭ ਨੂੰ ਪਤਾ ਕਿ ਅਨਮੋਲ ਗਗਨ ਮਾਨ ਜੀ ਨੇ ਪਿੱਛੇ ਜੇ ਆਪਣੇ ਬੈਂਡ ਦੀ ਲਾਂਚਿੰਗ ਕੀਤੀ ਸੀ, ਜਿਸ ਦੇ ਵਿੱਚ ਉਹਨਾਂ ਨੇ ਫੀਮੇਲ ਟੈਲੈਂਟਡ ਸਿੰਗਰਸ ਅਤੇ ਫੀਮੇਲ ਟੈਲੈਂਟਡ ਮਿਊਜ਼ੀਸ਼ੀਅਨ ਨੂੰ ਅੱਗੇ ਆਉਣ ਦਾ ਮੌਕਾ ਦਿੱਤਾ। ਹਾਲਾਂਕਿ ਇਹ ਉਹਨਾਂ ਲਈ ਬਹੁਤ ਹੀ ਜ਼ਿਆਦਾ ਮੁਸ਼ਕਿਲ ਸੀ, ਕਿਉਂਕਿ ਕਈ ਫੀਮੇਲ ਮਿਊਜ਼ੀਸ਼ੀਅਨਸ ਦੇ ਪੇਰੈਂਟਸ ਨੂੰ ਮਨਾਉਣਾ ਬਹੁਤ ਹੀ ਜ਼ਿਆਦਾ ਮੁਸ਼ਕਿਲ ਸੀ ਤੇ ਕਈਆਂ ਦੇ ਪੇਰੈਂਟਸ ਨਹੀਂ ਸੀ ਚਾਹੁੰਦੇ ਕਿ ਉਹਨਾਂ ਦੀ ਬੇਟੀਆਂ ਇਸ ਪ੍ਰੋਫੈਸ਼ਨ ਨੂੰ ਆਪਣੀ ਲਾਈਫ ਦੇ ਵਿੱਚ ਅੱਗੇ ਲੈ ਕੇ ਜਾਣ। ਪਰ ਅਨਮੋਲ ਗਗਨ ਮਾਨ ਜੀ ਨੇ ਇਹ ਸਾਬਿਤ ਕਰ ਦਿੱਤਾ ਕਿ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਵਿੱਚ ਫੀਮੇਲ ਆਰਟਿਸਟ ਵੀ ਵੱਧ ਚੜ ਕੇ ਹਿੱਸਾ ਲੈ ਸਕਦੇ ਨੇ। ਨਾਮ ਕਮਾਉਣ ਦੇ ਨਾਲ ਨਾਲ ਅੱਜ ਉਹ ਫੀਮੇਲ ਆਰਟਿਸਟਾਂ ਦੇਸਾਂ ਪ੍ਰਦੇਸਾਂ ਦੀਆਂ ਵੀ ਸੈਰਾਂ ਕਰ ਚੁੱਕੀਆਂ ਨੇ। ਤੇ ਉਸ ਤੋਂ ਬਾਅਦ ਅਨਮੋਲ ਗਗਨ ਮਾਨ ਜੀ ਤੋਂ ਅਜਿਹਾ ਕੁਐਸਚਨ ਪੁੱਛਿਆ ਗਿਆ ਜਿਸ ਦੇ ਵਿੱਚ ਉਹਨਾਂ ਨੂੰ ਪੁੱਛਿਆ ਗਿਆ ਕਿ ਅੱਜ ਕੱਲ੍ਹ ਪੰਜਾਬੀ ਇੰਡਸਟਰੀ ਦੇ ਵਿੱਚ ਫੇਕ ਵਿਊਜ਼ ਦਾ ਬਹੁਤ ਹੀ ਵੱਡਾ ਟ੍ਰੈਂਡ ਬਣ ਚੁੱਕਿਆ ਹੈ। ਤੇ ਉਸ ਤੋਂ ਬਾਅਦ ਅਨਮੋਲ ਗਗਨ ਮਾਨ ਜੀ ਨੇ ਇਸ ਗੱਲ ਦਾ ਹੱਸ ਕੇ ਜਵਾਬ ਦਿੱਤਾ ਕਿ ਮੈਂ ਅਜਿਹੀਆਂ ਕੰਪਨੀਆਂ ਤੇ ਅਜਿਹੇ ਵਧੇਰੇ ਸਿੰਗਰਾਂ ਨੂੰ ਜਾਣਦੀ ਹਾਂ ਜੋ ਅਜਿਹੇ ਕੰਮ ਦੇ ਵਿੱਚ ਬਹੁਤ ਹੀ ਜ਼ਿਆਦਾ ਮਾਹਰ ਨੇ। ਤੇ ਅੱਜ ਕੱਲ੍ਹ ਦੇ ਸਿੰਗਰ ਸਿਰਫ ਯੂਟਿਊਬ ਦੇ ਹੀ ਸਿੰਗਰ ਬਣ ਚੁੱਕੇ ਨੇ, ਕਿਉਂਕਿ ਹਰੇਕ ਕੰਪਨੀ ਤੋਂ ਸਿੰਗਰ ਪਹਿਲਾਂ ਇੱਕੋ ਗੱਲ ਪੁੱਛਦਾ ਕਿ ਤੁਸੀਂ ਸਾਨੂੰ ਫੇਕ ਵਿਊਜ਼ ਕਿੰਨੇ ਦਿਓਗੇ। ਤੇ ਇਹ ਸਿਰਫ ਫੋਕੀ ਟੌਰ ਸਿਰਫ ਦਿਖਾਵੇ ਵਾਸਤੇ ਹੀ ਰਹਿ ਜਾਂਦੀ ਹੈ ਤੇ ਉਹਨਾਂ ਤੋਂ ਬਾਅਦ 2 ਮਿਲੀਅਨ ਕਰਵਾ ਕੇ ਉਹ ਕੇਕ ਕਰਦੇ ਨੇ, ਜਿਨ੍ਹਾਂ ਨੂੰ ਉਹ ਸੋਸ਼ਲ ਮੀਡੀਆ ਤੇ ਸ਼ੇਅਰ ਕਰਦੇ ਨੇ ਤੇ ਬਹੁਤ ਹੀ ਜ਼ਿਆਦਾ ਮਾਣ ਮਹਿਸੂਸ ਕਰਦੇ ਨੇ। ਤੇ ਮੈਂ ਇਹਨਾਂ ਚੀਜ਼ਾਂ ਤੋਂ ਬਹੁਤ ਹੀ ਜ਼ਿਆਦਾ ਪਰੇ ਹਾਂ ਤੇ ਮੇਰਾ ਜਦੋਂ ਵੀ ਗਾਣਾ ਰਿਲੀਜ਼ ਹੁੰਦਾ ਤਾਂ ਮੈਂ ਆਪਣੇ ਗਾਣੇ ਦੇ ਕਦੇ ਵੀ ਵਿਊਜ਼ ਨਹੀਂ ਚੈੱਕ ਕਰਦੀ, ਕਿਉਂਕਿ ਜਦ ਤੱਕ ਜਨਤਾ ਨੂੰ ਆਪ ਨਾ ਪਸੰਦ ਆਵੇ ਤਾਂ ਮੈਂ ਕਦੀ ਵੀ ਨਹੀਂ ਮੰਨਦੀ ਕਿ ਮੇਰਾ ਗਾਣਾ ਹਿੱਟ ਹੈ। ਪਰ ਸਿੰਗਰ ਚਾਹੇ ਯੂਟਿਊਬ ਤੇ ਜਿੱਡਾ ਮਰਜ਼ੀ ਵੱਡਾ ਸਟਾਰ ਹੋਵੇ, ਪਰ ਅਸਲੀਅਤ ਉਸਦੀ ਉਦੋਂ ਪਤਾ ਲੱਗਦੀ ਹੈ ਕਿ ਉਸਦੇ ਕੋਲ ਸ਼ੋਅ ਕਿੰਨੇ ਨੇ। ਤੇ ਹੁਣ ਪਿੱਛੇ ਜੇ ਇੱਕ ਨਵਾਂ ਸਟਾਰ ਇੰਡਸਟਰੀ ਦੇ ਵਿੱਚ ਆਇਆ ਜਿਸ ਦੇ ਪਹਿਲਾਂ ਕੁਝ ਗਾਣੇ ਲੀਕ ਹੋ ਗਏ ਸੀ, ਪਰ ਉਸ ਤੋਂ ਬਾਵਜੂਦ ਵੀ ਲੋਕਾਂ ਨੇ ਉਹਨਾਂ ਦੇ ਗਾਣੇ ਨੂੰ ਇੰਨਾ ਕੁ ਜ਼ਿਆਦਾ ਪਿਆਰ ਦਿੱਤਾ ਕਿ ਉਹ ਅੱਜ ਹਰੇਕ ਸੋਸ਼ਲ ਮੀਡੀਆ ਦੇ ਪਲੇਟਫਾਰਮ ਤੇ ਸੁਪਰ ਹਿੱਟ ਨੇ ਤੇ ਨਾਲ ਦੀ ਨਾਲ ਉਹਨਾਂ ਨੂੰ ਚੰਗੇ ਸ਼ੋਅਜ਼ ਵੀ ਮਿਲ ਰਹੇ ਨੇ। ਤੇ ਇੱਥੋਂ ਪਤਾ ਲੱਗਦਾ ਹੈ ਕਿ ਆਡੀਅੰਸ ਉਹਨਾਂ ਨੂੰ ਕਿੰਨਾ ਕੁ ਜ਼ਿਆਦਾ ਪਿਆਰ ਕਰ ਰਹੀ ਹੈ। ਤੇ ਇਹਨਾਂ ਗੱਲਾਂ ਤੋਂ ਬਾਅਦ ਸਿੱਧੂ ਮੂਸੇਵਾਲੇ ਨੂੰ ਉਹਨਾਂ ਨੇ ਬੈਸਟ ਵਿਸ਼ਿਸ਼ ਦਿੱਤੀਆਂ। ਸੋ ਦੋਸਤੋ, ਸਾਨੂੰ ਹਮੇਸ਼ਾ ਮਿਹਨਤ ਕਰਨ ਦੇ ਵਿੱਚ ਯਕੀਨ ਕਰਨਾ ਚਾਹੀਦਾ ਹੈ ਤੇ ਫੇਕ ਵਿਊਜ਼ ਵਾਲਾ ਕੰਮ ਸਿਰਫ ਇੱਕ ਨੰਬਰ ਹੈ। ਆਪਾਂ ਆਪਣੀ ਮਰਜ਼ੀ ਦੇ ਹਿਸਾਬ ਨਾਲ ਜਿੰਨੇ ਮਰਜ਼ੀ ਉਸਦੇ ਵਿੱਚ ਨੰਬਰ ਪਾ ਸਕਦੇ ਹਾਂ, ਜੋ ਕਿ ਸਿਰਫ ਆਪਣੇ ਮਨ ਨੂੰ ਹੌਸਲਾ ਦਿੰਦੇ ਨੇ। ਤੇ ਦੋਸਤੋ, ਅੱਜ ਦੇ ਲਈ ਇੰਨੇ ਹੀ। ਜਲਦੀ ਮਿਲਾਂਗੇ ਕਿਸੇ ਹੋਰ ਨਵੀਂ ਵੀਡੀਓਜ਼ ਤੇ ਹੋਰ ਨਵੇਂ ਅਪਡੇਟਸ ਨਾਲ। ਤੁਸੀਂ ਦੇਖ ਰਹੇ ਹੋ ਦੇਸੀ ਤੜਕਾ। ਧੰਨਵਾਦ।